ਪਟਿਆਲਾ ਪੁਲਿਸ ਦੇ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਪਟਿਆਲਾ ਦੇ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਦੇ ਉੱਤੇ ਸਰਚ ਆਪਰੇਸ਼ਨ ਚਲਾਇਆ ਗਿਆ। ਦੱਸ ਦਈਏ ਕਿ ਜਿੱਥੇ ਇਸ ਸਰਚ ਆਪਰੇਸ਼ਨ ਦੇ ਵਿੱਚ ਵਿਸ਼ੇਸ਼ ਤੌਰ ਤੇ ADGP ਨੇ ਹਾਜ਼ਰੀ ਲਵਾਈ, ਉੱਥੇ ਹੀ ਪਟਿਆਲਾ ਦੇ SSP ਵਰੁਣ ਸ਼ਰਮਾ ਅਤੇ ਹੋਰ ਵੀ ਉੱਚ ਅਧਿਕਾਰੀ ਇਸ ਸਰਚ ਆਪਰੇਸ਼ਨ ਦੌਰਾਨ ਮੌਜੂਦ ਰਹੇ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਇਆਂ ਪਟਿਆਲਾ ਦੇ SSP ਵਰੁਣ ਸ਼ਰਮਾ ਨੇ ਦੱਸਿਆ ਕਿ ਉਹਨਾਂ ਦੇ ਦੁਆਰਾ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਸਰਚ ਆਪਰੇਸ਼ਨ ਚਲਾਇਆ ਗਿਆ ਤਾਂ ਕਿ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਉਹਨਾਂ ਦਾ ਕਹਿਣਾ ਹੈ ਕਿ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਦੇ ਉੱਤੇ ਜੇਕਰ ਕੋਈ ਵੀ ਸ਼ੱਕੀ ਵਿਅਕਤੀ ਜਾਂ ਸ਼ੱਕੀ ਬੈਗ ਉਹਨਾਂ ਨੂੰ ਦਿਖਦਾ ਹੈ ਤਾਂ ਉਸ ਤੋਂ ਪਹਿਲਾਂ ਵਿਅਕਤੀ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਉਸਦੇ ਸਮਾਨ ਦੀ ਵੀ ਚੈਕਿੰਗ ਕੀਤੀ ਜਾਂਦੀ ਹੈ। SSP ਵਰੁਣ ਸ਼ਰਮਾ ਨੇ ਦੱਸਿਆ ਕਿ ਉਹਨਾਂ ਦੁਆਰਾ ਚਲਾਏ ਗਏ ਇਸ ਸਰਚ ਆਪਰੇਸ਼ਨ ਦੇ ਨਤੀਜੇ ਜਲਦ ਹੀ ਦੁਨੀਆਂ ਦੇ ਸਾਹਮਣੇ ਆਉਣਗੇ। ਚੰਡੀਗੜ੍ਹ ਤੋਂ ਸੀਨੀਅਰ ਅਫਸਰ ADGP ਰੈਂਕ ਦੇ ਅਫਸਰ ਜਿਹੜੇ ਆ ਇੱਥੇ ਸੁਪਰਵਾਈਜ਼ ਕਰਨ ਆਏ ਆ ਤੇ ਪਟਿਆਲਾ ਜ਼ਿਲ੍ਹੇ 'ਚ ਪੈਂਦੇ ਚਾਰੇ ਜਿਹੜੇ ਰੇਲਵੇ ਸਟੇਸ਼ਨ ਆ ਤੇ ਬੱਸ ਸਟੈਂਡ ਆ ਉੱਥੇ ਕਾਫੀ ਗਿਣਤੀ 'ਚ ਫੋਰਸ ਲਾ ਕੇ ਅਸੀਂ ਉੱਥੇ ਸਸਪੀਸ਼ੀਅਸ ਬੰਦਿਆਂ ਨੂੰ, ਸ਼ੱਕੀ ਬੰਦਿਆਂ ਨੂੰ, ਭੈੜੇ ਅਨਸਰਾਂ ਨੂੰ ਅਸੀਂ ਚੈੱਕ ਕਰ ਰਹੇ ਹਾਂ ਤਾਂ ਕਿ ਪਬਲਿਕ ਨੂੰ ਇੱਕ ਵਿਜ਼ੀਬਲ ਪੁਲਿਸਿੰਗ ਦਾ ਇੰਪੈਕਟ ਵੀ ਨਜ਼ਰ ਆਵੇ ਤੇ ਉਸ ਤੋਂ ਇਲਾਵਾ ਜਿਹੜਾ ਸ਼ਰਾਰਤੀ ਅਨਸਰ ਆ ਜਿਹੜਾ ਕੋਈ ਮੰਦਭਾਗੀ ਘਟਨਾ ਨੂੰ ਅੰਜਾਮ ਦੇਣ ਨੂੰ ਫਿਰਦੇ ਆ ਉਹਨਾਂ ਨੂੰ ਇਹ ਸਮਝ ਆਵੇ ਕਿ ਪਟਿਆਲਾ ਪੁਲਿਸ 24 ਘੰਟੇ ਮੁਸਤੈਦ ਆ ਤੇ ਕੋਈ ਵੀ ਇਹੋ ਜਿਹੀ ਘਟਨਾ ਅਸੀਂ ਪਟਿਆਲੇ ਜ਼ਿਲ੍ਹੇ 'ਚ ਨਹੀਂ ਹੋਣ ਦੇਣੀ। ਮੇਰੇ ਨਾਲ ਮੈਡਮ ADGP ਮੈਡਮ ਗੁਰਪ੍ਰੀਤ ਦਿਓ ਚੰਡੀਗੜ੍ਹ ਤੋਂ ਆਏ ਆ, ਉਸ ਆਪਰੇਸ਼ਨ ਨੂੰ ਸੁਪਰਵਾਈਜ਼ ਕਰ ਰਹੇ ਆ। ਪੂਰੇ ਜ਼ਿਲ੍ਹੇ 'ਚ ਅਰਾਊਂਡ 500 ਮੁਲਾਜ਼ਮ, 4 SP ਤੇ 8 DSP ਲਾ ਕੇ ਅਸੀਂ ਸਾਰੇ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ 'ਚ ਕੋਆਰਡੀਨੇਟ ਸਰਚ ਆਪਰੇਸ਼ਨ ਜਿਹੜਾ ਹੈ ਕਰਾ ਰਹੇ ਹਾਂ ਤੇ ਇਸ 'ਚ ਅੱਗੇ ਕੀ ਰਿਜ਼ਲਟ ਨਿਕਲਦੇ ਆ ਇਸ ਦੇ ਬਾਰੇ ਅਸੀਂ ਡਿਟੇਲ 'ਚ ਤੁਹਾਨੂੰ ਪਟਿਆਲਾ ਤੋਂ ਬਿੰਦਰ ਬਾਤਿਸ਼ ਦੀ ਵਿਸ਼ੇਸ਼ ਰਿਪੋਰਟ।